ਜ਼ਰੂਰ ਕਰਨਾ ਪੂਰਾ ਬੰਦੇ ਬੁਲਾਣਾ ਕਿੱਥੇ ਬਾਕੀ ਨੇ ਸਵੇਰ ਨੂੰ ਤੁਹਾਨੂੰ ਗੁਰੂ ਘਰ ਦੇ ਮੂਹਰੇ ਵੇਖਦਾ ਸਿਵਲ ਹਸਪਤਾਲ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਤੇ ਇਸ ਨਿਹੰਗ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਗੁਰੂ ਘਰ ਦੇ ਆਲੇ ਦੁਆਲੇ ਨਜਾਇਜ਼ ਤੌਰ ਦੇ ਉੱਤੇ ਸ਼ਰਾਬ ਵੇਚੀ ਜਾ ਰਹੀ ਸੀ, ਜਿਸ ਦਾ ਵਿਰੋਧ ਉਸਦੇ ਪੁੱਤਰ ਦੇ ਵੱਲੋਂ ਜਦੋਂ ਕੀਤਾ ਗਿਆ ਤਾਂ ਉਸਦੇ ਬੇਟੇ ਦੇ ਉੱਤੇ ਸ਼ਰਾਬ ਤਸਕਰਾਂ ਨੇ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਨਿਹੰਗ ਸਿੰਘ ਦਾ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉੱਥੇ ਦੂਜੀ ਧਿਰ ਦਾ ਜਿਸ ਨੂੰ ਕਿ ਸ਼ਰਾਬ ਤਸਕਰ ਦੱਸਿਆ ਜਾ ਰਿਹਾ ਉਹਨਾਂ ਦਾ ਵੀ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਦੱਸਿਆ ਜਾ ਰਿਹਾ, ਜਿਸਨੇ ਕਿ ਨਿਹੰਗ ਸਿੰਘ ਦੇ ਬੇਟੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ। ਉਸ ਵਿਅਕਤੀ ਦਾ ਕਹਿਣਾ ਕਿ ਜਦੋਂ ਉਹ ਆਪਣੀ ਬੇਟੀ ਨੂੰ ਨਾਲ ਲੈ ਕੇ ਢਾਬੇ ਤੋਂ ਰੋਟੀ ਲੈ ਕੇ ਆ ਰਿਹਾ ਸੀ ਤਾਂ ਨਿਹੰਗ ਸਿੰਘ ਦੇ ਬੇਟੇ ਨੇ ਉਹਨਾਂ ਦਾ ਰਸਤਾ ਰੋਕ ਲਿਆ ਅਤੇ ਲੁੱਟ ਖੋ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਵੇਂ ਹੀ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਗੁੱਸੇ ਦੇ ਵਿੱਚ ਆਏ ਨਿਹੰਗ ਸਿੰਘ ਦੇ ਬੇਟੇ ਨੇ ਉਸਦੇ ਸਿਰ ਦੇ ਵਿੱਚ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਉਹ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਹ ਇਲਾਜ ਦੇ ਲਈ ਇੱਥੇ ਮਸਾਂ ਪਹੁੰਚਿਆ ਤੇ ਹੁਣ ਨਿਹੰਗ ਸਿੰਘ ਦੇ ਵੱਲੋਂ ਬਾਹਰ ਹੰਗਾਮਾ ਕੀਤਾ ਜਾ ਰਿਹਾ। ਜਦਕਿ ਨਿਹੰਗ ਸਿੰਘ ਦਾ ਕਹਿਣਾ ਹੈ ਕਿ ਗੁਰੂ ਘਰ ਦੇ ਆਲੇ ਦੁਆਲੇ ਇਹਨਾਂ ਦੇ ਵੱਲੋਂ ਸ਼ਰਾਬ ਵੇਚੀ ਜਾ ਰਹੀ ਸੀ ਅਤੇ ਜਿਸ ਤੋਂ ਬਾਅਦ ਉਸਦੇ ਬੇਟੇ ਨੇ ਮਨਾ ਕੀਤਾ ਤਾਂ ਉਹਨਾਂ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ। ਫਿਲਹਾਲ ਦੋਵਾਂ ਦੇ ਵੱਖੋ ਵੱਖਰੇ ਬਿਆਨਾਂ ਕਰਕੇ ਹੁਣ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਬਾਬਾ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ। ਬਾਬਾ ਜੀ ਕੀ ਕੰਮ ਲਾਇਆ? ਬੰਦ ਕੀਤਾ ਸੀਗਾ, ਅਸੀਂ ਪੜਿਆ ਵੀ ਸੀ ਇੱਕ ਵਾਰੀ, ਭੱਜ ਗਿਆ ਸਾਡੇ ਕੋਲ ਸ਼ਰਾਬ ਦੀਆਂ ਬੋਤਲਾਂ ਹਜੇ ਵੀ ਪਈਆਂ ਹੋਣੀਆਂ, ਉੱਥੇ ਪਈਆਂ ਹੋਏ ਕਿਸੇ ਡਰਾਈਵਰ ਕੋਲ। ਅੱਜ ਅੱਜ ਕੀ ਹੋਇਆ? ਹੁਣ ਕੀ ਹੋਇਆ? ਮੁੰਡੇ ਦਾ ਸਿੱਟਾ ਮਾਰੀਆਂ ਜੀ ਇਹਨਾਂ ਨੇ। ਕਿਹੜਾ ਮੁੰਡਾ ਦਾ? ਮੇਰੇ ਮੁੰਡੇ ਦਾ, ਤੁਹਾਡੇ ਮੁੰਡੇ ਦਾ ਸਿੱਟਾ ਮਾਰੀਆਂ? ਹਾਂਜੀ, ਮੇਰੇ ਮੁੰਡੇ ਦਾ। ਕੀ ਨਾਂ ਬੇਟੇ ਦਾ? ਫਤਿਹ ਸਿੰਘ ਦੇ। ਕਿਸ ਗੱਲ ਨੂੰ ਲੈ ਕੇ ਇਹਨਾਂ ਨੇ ਮੁੰਡੇ ਦੇ ਨਾਲ ਲੜਾਈ ਆ? ਗੁਰੂ ਘਰ ਦੇ ਮੂਹਰੇ ਦਾਰੂ ਵੇਚਦੇ ਸੀ, ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਗੁਰੂ ਘਰ ਦੇ ਮੂਹਰੇ ਦਾਰੂ ਨਾ ਵੇਚੋ। ਸਾਡੀਆਂ ਸਰਕਾਰਾਂ ਸੁੱਤੀਆਂ ਨਹੀਂ ਨੇ, ਪ੍ਰਵਾਸੀ ਲੋਕ ਸ਼ਰੇਆਮ ਧੱਕਾ ਪੂਜਾ ਕਰਦੀ, ਪ੍ਰਵਾਸੀ ਲੋਕ ਸ਼ਰੇਆਮ ਸ਼ਰਾਬਾ ਪੀਂਦੇ ਆ। ਸਾਡੀ ਸਰਕਾਰ ਬਾਕੀ ਲਗਾ ਜਾਣਾ ਕਿੱਥੇ ਗਿਆ? ਅੱਜ ਮੇਰੇ ਮੁੰਡੇ ਨੇ ਦਾਟ ਮਾਰੇ ਉਹਨਾਂ ਨੇ। ਨਾਮ ਕੀ ਹੈ ਤੁਹਾਡਾ ਜੀ? ਮੇਰਾ ਨਾਮ ਲੱਖੀ ਆ। ਉਹ ਬੰਦਾ ਕਿਹੜੇ ਭੱਜ ਨਾ ਜਾਵੇ, ਮੈਂ ਖੁਦ ਇਸ ਚੀਜ਼ ਦੇ ਵਰਖਲਾਫ ਆ। ਇੱਥੇ ਹੋਇਆ ਪਹਿਲਾਂ ਵੀ ਮੈਂ ਉਹਨਾਂ ਨੂੰ ਦਬਕਾ ਮਾਰਿਆ ਵੀ ਸ਼ਰਾਬ ਨਾ ਵੇਚੋ ਮੇਰੇ ਗੁਰੂ ਘਰ ਦੇ ਵਿੱਚ, ਲਾਗੇ ਤਾਕੇ ਗੁਰੂ ਘਰ ਦੇ ਲਾਗੇ ਆ ਗੁਰਦੁਆਰਾ ਸਾਹਿਬ ਸਾਡੀ ਛਾਉਣੀ ਆ। ਉਸ ਤੋਂ ਬਾਅਦ ਸਾਡੇ ਮੁੰਡੇ ਨੇ ਵੱਡੇ ਮੁੰਡੇ ਨੇ ਕਿਹਾ ਵੀ ਕਹਿੰਦੇ ਗੁਰੂ ਘਰ ਇੱਥੇ ਦਾਰੂ ਨਹੀਂ ਵੇਚਣੀ। ਕਿੰਨਾ ਬੇਟੇ ਦਾ ਜਿਹਨੇ ਕਿਹਾ? ਫਤਿਹ। ਅੱਛਾ ਜੀ। ਉਹਨੇ ਜਦੋਂ ਨਾ ਕਿਹਾ ਤੇ ਪਿੱਛੋਂ ਉਹਨੇ ਪਿੱਛੋਂ ਜਾ ਕੇ ਉਹਦੇ 12-13 ਗਾਲਾਂ ਕੱਢਣ ਲੱਗਿਆ, ਪਿੱਛੋਂ 12-13 ਜਾਣੇ ਆਣ ਕੇ ਪ੍ਰਵਾਸੀ ਲੋਕਾਂ ਨੇ ਦਾਤ ਮਾਰੇ ਪ੍ਰਵਾਸੀਆਂ ਨੇ ਉਹਦੇ ਮੁੰਡੇ ਦੇ, ਤੇ ਹੁਣ ਉਹ ਵਿਚਾਰਾ ਮੁੰਡੇ ਦਾ ਹਸਪਤਾਲ ਪਿਆ, ਬੇਹੋਸ਼ ਪਿਆ ਹੋਇਆ, ਤੇ ਅਸੀਂ ਤਾਂ ਲੱਭਦੇ ਪਏ ਕੁਦਰਤੀ ਰੱਬ ਵੱਲੋਂ ਇੱਥੇ ਆ ਗਏ। ਹਾਂਜੀ, ਵੇਚਦੇ ਪਏ ਸਰੇਆਮ, ਪਤਾ ਪੁਲਿਸ ਮਿਲਾ ਚੌਂਕੀ ਥਾਣੇ ਸਾਰਿਆਂ ਨੂੰ ਪਤਾ, ਤੇ ਪੂਰਾ ਗੰਦ ਪਾਇਆ ਪ੍ਰਵਾਸੀਆਂ ਨੇ, ਪੂਰਾ ਪ੍ਰਵਾਸੀਆਂ ਨੇ ਗੰਦ ਪਾਇਆ ਹੋਇਆ ਉੱਥੇ। ਕਿਉਂ ਨਹੀਂ ਸਾਡੀ ਸਰਕਾਰ ਸੁੱਟਦੀ? ਪ੍ਰਵਾਸੀ ਤਾਂ ਇੱਦਾਂ ਦੇ ਕੰਮ ਕਰਦੇ ਪਏ ਆ, ਅੱਜ ਸਾਡੇ ਘਰਾਂ ਦੇ ਗੁਰੂ ਘਰਾਂ ਦੇ ਮੂਹਰੇ ਸ਼ਰਾਬਾਂ ਵੇਚਣਗੇ?
ਸੁਣੋ ਵੀ ਸਾਡਾ ਗੁਰੂ ਘਰ ਅਸੀਂ ਲੋਕਾਂ ਦੀਆਂ ਸੇਵਾ ਕਰਦੇ ਹਾਂ, ਇੱਦਾਂ ਦੇ ਕੰਮ ਕਰਦੇ ਹਾਂ, ਸਾਡੇ ਗੁਰੂ ਸਾਡੇ ਬੱਚਿਆਂ ਦੇ ਉੱਤੇ ਹਮਲਾ ਕੀਤਾ ਇਹਨਾਂ ਨੇ, ਦੱਸੋ ਹਥਿਆਰ ਕੀ ਸੀ ਮੁੰਡਾ ਤੇ ਨਾਲ ਮੁੰਡਾ ਕੀ ਸੀ ਹਥਿਆਰ? ਇੱਟਾਂ ਮਾਰੀਆਂ ਜੀ, ਇੱਟਾਂ ਸਿਰ 'ਚ ਇੱਟਾਂ ਮਾਰੀਆਂ ਜੀ ਸਿਰ ਦੇ, ਆਹ ਮੁੰਡੇ ਦੇ ਵੀ ਵੱਜੀ ਸਿਰ 'ਚ, ਦੇਖੋ ਇਹ ਨਾਲ ਸੀ, ਇਹ ਤਾਂ ਬਚਾ ਕੇ ਲੈ ਕੇ ਆਇਆ ਉਹਨੂੰ, ਚੁੱਕ ਕੇ ਲੈ ਕੇ ਆਇਆ ਵਿਚਾਰਾ ਇਹ, ਫੋਨ ਕੀਤਾ ਮੈਂ ਜਾ ਕੇ ਚੁੱਕਿਆ ਉੱਥੇ, ਤੇ ਸ਼ਰੇਆਮ ਉੱਥੇ ਗੁਰੂ ਘਰ ਦੇ ਕੋਲ ਸ਼ਰਾਬ ਵੇਚਦੇ ਆ, ਸ਼ਰੇਆਮ ਗੁੰਡਾਗਰਦੀ ਕਰਦੇ ਆ, ਇਹਨਾਂ ਨੇ ਇਹਨਾਂ ਦਾ ਕਹਿਣ ਦਾ ਮਤਲਬ, ਇਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਮੈਂ ਸ਼ਰੇਆਮ ਪੁਲਿਸ ਨੂੰ ਪੈਸੇ ਦਿੰਦਾ, ਇਹਨਾਂ ਦੀ ਬਹਾਨਾ, ਮੈਂ ਨਹੀਂ ਕਹਿ ਰਿਹਾ, ਇਹ ਕਹਿ ਰਿਹਾ ਕਹਿੰਦਾ ਮੇਰਾ ਮਹੀਨਾ ਜਾਂਦਾ ਠੰਡ ਦੇ, ਤੁਸੀਂ ਕੀ ਰੋਕ ਲਓਗੇ? ਇਹ ਬੰਦੇ ਨੇ ਕਿਹਾ ਕਿੰਨੇ ਟਾਈਮ ਤੋਂ ਵੇਚ ਰਹੇ ਨੇ ਸ਼ਰਾਬ? ਮੈਨੂੰ ਤਾਂ ਜੀ ਮੈਨੂੰ ਪਤਾ ਹੀ, ਕੱਲ ਪਰਸੋਂ ਤੋਂ ਲੱਗਿਆ, ਇਹ ਮੁੰਡੇ ਨੇ ਦੱਸਿਆ ਕਹਿੰਦਾ ਵੀ ਡੈਡੀ ਤਾਂ ਸ਼ਰਾਬ ਵੇਚਦੇ, ਆਪਣੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਆ, ਮੈਂ ਇਹਨਾਂ ਨੂੰ ਮਨਾ ਵੀ ਕੀਤਾ, ਮੈਂ ਕਹਿੰਦਾ ਸ਼ਰਾਬ ਨਾ ਵੇਚੋ, ਇਹ ਫਿਰ ਅਸੀਂ ਫੜਿਆ ਵੀ ਇਹਨਾਂ ਇੱਕ ਵਾਰੀ, ਭੱਜ ਗਏ ਸਕੂਟਰੀਆਂ ਆਈਆਂ ਲੈ ਕੇ, ਸਕੂਟਰੀਆਂ ਦੇ ਵਿੱਚ ਰੱਖੀ ਹੁੰਦੀ ਸ਼ਰਾਬ ਇਹਨਾਂ ਦੀ ਡਿੱਗੀ ਦੇ ਵਿੱਚ, ਫਿਰ ਅਸੀਂ ਕਿਹਾ ਹਾਂਜੀ ਸ਼ਰਾਬ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਹੋਰ ਵੀ ਨਸ਼ਾ ਚਿੱਟਾ ਚਿੱਟਾ ਵੀ ਵੇਚਦਾ ਹੋਣਾ ਮੇਰੇ ਹਿਸਾਬ ਨਾਲ, ਉਹ ਖੁਦ ਕਹਿ ਰਿਹਾ ਕਹਿੰਦਾ ਮੈਂ ਮਹੀਨਾ ਦਿੰਦਾ। ਬਾਬਾ ਜੀ ਗੱਲ ਕਰੀਏ ਟਰਾਂਸਪੋਰਟ ਨਗਰ ਦੀ, ਉੱਥੇ ਪਤਾ ਚੱਲਿਆ ਰਾਤ ਦੇ ਟਾਈਮ ਤੇ ਹੋਰ ਵੀ ਕਰੀ ਗਲਤ ਕੰਮ ਚੱਲ, ਬਹੁਤ ਗਲਤ ਸਰਕਾਰਾਂ ਯਾਰ, ਉਹ ਤਾਂ ਥਾਣੇ ਨੂੰ ਪਤਾ ਨਹੀਂ ਗਾ, ਮੋਤੀ ਨਗਰ ਥਾਣਾ ਸਾਰਾ ਪਤਾ ਹੈਗਾ, ਕਿਉਂ ਨਹੀਂ ਕੁਛ ਕਰਦੇ ਗੇ? ਉਹ ਤਾਂ ਭੈਣ ਡੰਡੀ ਬਾਜੀ ਉੱਥੇ ਹੁੰਦੀ, ਸਾਰਾ ਕੁਛ ਉੱਥੇ ਹੁੰਦਾ, ਜੇ ਰੋਕਦੇ ਅੱਜ ਤਾਂ ਉਹਨੂੰ ਰੋਕਿਆ ਸ਼ਰਾਬ ਬਣਾਉ, ਮੈਂ ਵੀ ਰੋਕਿਆ ਉਹਨੂੰ, ਮੈਂ ਕਿਹਾ ਵੀ ਤਾਂ ਸ਼ਰਾਬ ਨਹੀਂ ਵੇਚਣੀ ਗੀ, ਤਾਂ ਮੈਨੂੰ ਕਹਿੰਦਾ ਬਾਬਾ ਜੀ ਅਸੀਂ ਮਹੀਨਾ ਦਿੰਦੇ ਹਾਂ, ਮੈਨੂੰ ਇਹ ਬੰਦੇ ਦੇ ਵਿਆਹ ਦਾ ਸਿੱਖਸ ਦਾ ਉਹਦੀ ਬਿਆਨ ਹੈ। ਕਿੰਨੇ ਜਾਣੇ ਸੀ ਹਮਲਾਵਰ? ਇਹ 12 ਜਾਣੇ, ਕਿੰਨੇ ਜਾਣੇ ਜੀ? 10-12 ਜਾਣੇ ਸੀ ਜੀ, 10-12 ਦੀ ਟੀਮ ਹੈ ਟ੍ਰਾਂਸਪੋਰਟ ਨਗਰ 'ਚ ਘੁੰਮਦੀ, ਕਿਉਂ ਨਹੀਂ ਫੜਦੀ ਸਾਡੀ ਸਰਕਾਰ, ਕਿਉਂ ਮੋਤੀ ਨਗਰ ਥਾਣਾ ਕਿੱਥੇ ਵਿਆਹ ਹੋਇਆ, ਉੱਥੇ ਕਿਉਂ ਨਹੀਂ ਕਾਰਵਾਈ ਕਰਦੇ ਗੇ? ਇਹ ਮੇਰੇ ਕੋਲ ਖੋ ਬਜੀ ਕੇ ਜੀ, ਆਪਣੇ ਰੋਟੀ ਲੈ ਕੇ ਆ, ਕੌਣ ਥਾ ਜਿਹਨਾਂ ਨੇ ਖੋ ਬਜੀ ਕੀ? ਇਹ ਫਤਿਹ ਦਾ, ਫਤਿਹ ਨਾਲ 3 ਲੜਕੇ ਹੋਰ ਸੀਗੇ। ਇਹ ਫਤਿਹ ਕੋ ਤੁਮ ਜਾਣਦੇ ਹੋ ਜੀ? ਪਹਿਲੇ ਸੇ ਜਾਣਤਾ, ਬਹੁਤ ਦਿਨ ਸੇ ਜਾਣਤਾ। ਜੀ ਆਪਕੋ ਜਾਣਤੇ ਹੈ? ਇਹ ਜਾਣਤੇ ਜੀ। ਇਹ ਜਾਣਤੇ ਆਪਕੋ? ਕਿਆ ਕੰਮ ਕਰਤੇ ਆਪ? ਮੈਂ ਸਰ ਵੈਂਡਰ ਚਲਾਤਾ ਨਲੀ ਵੈਂਡਰ। ਕਿਆ ਕਰਤੇ ਹੋ? ਨਲੀ ਵੈਂਡਰ ਚਲਾਤਾ ਜੀ, ਸਾਲ ਗਿਆ। ਵੈਂਡਰ ਚਲਾਤੇ ਹੋ ਜੀ। ਅੱਛਾ, ਕਿਆ ਹੋਆ, ਕਿਆ ਥਾ? ਇਹ ਮੇਰੇ ਕੋ ਖੁੱਲ ਕੇ ਮੇਰੇ ਕੋਲ ਦੌੜਾਇਆ ਮੈਨੂੰ, ਫਿਰ ਮੈਂ ਜਾਇਆ, ਮੈਂ ਗਲੀ ਮੇਰੇ ਕੋਲ ਇਹਨੇ ਤੁਮ ਕਹਾਂ ਸੇ ਆ ਰਹੇ ਥੇ? ਮੈਂ ਸੰਕਟ ਡਾਬਾ ਤੇ ਰੋਟੀ ਲੈ ਕੇ ਜਾ ਰਹਾ ਥਾ। ਤੁਹਾਡੇ ਸਾਥ ਕੌਣ ਥਾ? ਮੇਰੀ ਲੜਕੀ ਥੀ। ਕਿਆ ਹੋਆ, ਕਿਆ ਫਿਰ? ਇਹਨੇ ਖੋ ਬਾਜੀ ਕੀ ਸਾਡੇ ਨਾਲ ਜੀ। ਕਿੰਨੇ ਪੈਸੇ ਲਏ ਆ? ਇਹਨੇ 16,000 ਰੁਪਏ ਕੱਢ ਲਏ। ਕੱਢ ਲਿਆ? ਹਾਂਜੀ। ਔਰ ਤੁਹਾਡੇ ਕਿਆ ਮਾਰਾ? ਕਿਆ ਮੈਨੇ? ਕਿਰਪਾਨ ਮਾਰੀ ਜੀ। ਕਿਰਪਾਨ ਮਾਰੀ ਹੈ? ਕਹਾਂ ਪੇ ਮਾਰੀ? ਦਿਖਾਣਾ।